ਸਸ਼ੀ ਗਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅਗੇਨ ਮਾਡਰਨ ਹਿਸਟਰੀ ਨੂੰ ਕੰਟੀਨਿਊ ਕਰਾਂਗੇ ਠੀਕ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਜੋ ਇੰਪੋਰਟੈਂਟ ਸ਼ੁਰ ਸ਼ੁਰ ਰਿਲੀਜੀਅਸ ਮੂਵਮੈਂਟਸ ਹੋਈਆਂ ਨੇ ਠੀਕ ਹੈ ਸਪੈਸ਼ਲੀ 19th ਸੈਂਚਰੀ ਦੇ ਵਿੱਚ ਉਹਨਾਂ ਨੂੰ ਕਵਰ ਕਰਾਂਗੇ ਥਰੂ ਦਾ ਐਮਸੀਕਿਊਜ਼ ਠੀਕ ਹੈ ਬਿਕਾਜ਼ ਇਹ ਮੂਵਮੈਂਟਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਅਗਰ ਤੁਸੀਂ ਪੁਰਾਣੇ ਪੇਪਰ ਚੱਕ ਕੇ ਵੇਖੋਗੇ ਤਾਂ ਤੁਹਾਨੂੰ ਕੁਸ਼ਨ ਜ਼ਰੂਰ ਦੇਖਣ ਨੂੰ ਮਿਲਣਗੇ ਇਹਨਾਂ ਮੂਵਮੈਂਟਸ ਦੇ ਵਿੱਚੋਂ ਠੀਕ ਹੈ ਸੋ ਆਪਾਂ ਕਵਰ ਕਰਾਂਗੇ ਨਾ ਨੂੰ ਸ਼ੁਰੂ ਕਰਦੇ ਆ ਹੂ ਸੈਟ ਅਪ ਬ੍ਰਹਮੋ ਸਮਾਜ ਠੀਕ ਹੈ ਸੋ ਅਗਰ ਆਪਾਂ ਮੇਨ ਤੁਸੀਂ ਗੱਲ ਕਰੋ ਤਾਂ ਆਪਣੇ ਕੋਲ 1800 ਤੋਂ ਲੈ ਕੇ 1900 ਦੇ ਵਿੱਚ ਹੀ ਜੋ ਮੂਵਮੈਂਟਸ ਨੇ ਅਹ اسپੈਸ਼ਲੀ ਹੋਈਆਂ ਸੀ ਇਹ ਸੋਸ਼ਲ ਰੀਚਸ ਰਿਫਾਰਮ ਮੂਵਮੈਂਟਸ ਠੀਕ ਹੈ ਤਾਂ ਉਹਨਾਂ ਦੇ ਵਿੱਚੋਂ ਜੋ ਸਭ ਤੋਂ ਪਹਿਲਾ ਮੂਵਮੈਂਟ ਸੀਗੀ that was ਬ੍ਰਹਮੋਸ ਮਾਰਚ ਤੇ ਕੁਐਸਚਨ ਹੈ ਕਿ ਇਹ ਕਿੰਨੇ ਸ਼ੁਰੂ ਕੀਤੀ ਸੀਗੀ ਰਾਜਾ ਰਾਮ ਮੋਹਨ ਰాయ ਡਯਾਨੰਦ ਸਰਸਵਤੀ ਜਾਂ ਵਿਦਿਆ ਸਾਕਰ ਸੋ ਦਾ ਕਰੈਕਟ ਆਨਸਰ ਇਜ਼ A ਠੀਕ ਹੈ ਰਾਜਾ ਰਾਮ ਮੋਹਨ ਰాయ ਨੇ ਸ਼ੁਰੂ ਕੀਤੀ ਸੀਗੀ ਸੋ ਇਹਦੇ ਨਾਲ ਰਿਲੇਟਡ ਇੱਕ ਦੋ ਚੀਜ਼ਾਂ ਨੇ ਉਹਨਾਂ ਨੂੰ ਵੀ ਨੋਟ ਡਾਊਨ ਕਰ ਲਓ ਠੀਕ ਹੈ ਪਹਿਲਾਂ 1814 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਅਮਿਤਾ ਸਭਾ ਨਾਮ ਦੀ ਸ਼ੁਰੂ ਕੀਤੀ ਇੱਕ ਸਭਾ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਇਸ ਨੂੰ ਜੋ ਬ੍ਰਹਮਸਮਾਜ ਦੇ ਵਿੱਚ ਕਨਵਰਟ ਕੀਤਾ ਸੀਗਾ ਸੋ ਵੈਨ ਬ੍ਰਹਮੋਸਮਾਜ ਵਾਸ ਫਾਊਂਡੇਡ ਇਹ ਜਿਹੜੀ 1814 ਦੇ ਵਿੱਚ ਅਮਿਤਾ ਸਮਾਜ ਸਭਾ ਬਣੀ ਠੀਕ ਹੈ ਇਸੇ ਨੂੰ ਹੀ ਅੱਗੇ ਜਾ ਕੇ ਬ੍ਰਹਮੋ ਸਮਾਜ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਤੇ ਕਦੋਂ ਕਨਵਰਟ ਕੀਤਾ ਗਿਆ 1828 ਦੇ ਵਿੱਚ অপਸ਼ਨ ਬੀ ਇਸ கரਕਟ ਆਨਸਰ ਹੂ ਸਟਾਰਟਡ ਪ੍ਰાર્થના ਸਮਾਜ ਕੇਸ਼ਵ ਚੰਦਰ ਸੇਨ ਦਯਾਨੰਦ ਜਾਂ ਭਗਤ ਸਿੰਘ ਸੋ ਇਹ ਸ਼ੁਰੂ ਕੀਤੀ ਗਈ ਸੀ ਜੀ ਕੇਸ਼ਵ ਚੰਦਰ ਸੇਨ ਠੀਕ ਹੈ ਇਹ ਪਹਿਲਾ ਬ੍ਰਹਮੋ ਸਮਾਜ ਤੇ ਹੀ ਪਾਰਟ ਸੀਗਾ ਠੀਕ ਹੈ ਬਟ ਕੁਝ ਇਸ਼ੂਜ਼ ਹੋ ਜਾਣ ਤੋਂ ਬਾਅਦ ਲੀਡਰਸ ਦੇ ਆਪਸ ਵਿੱਚ ਠੀਕ ਹੈ ਕੇਸ਼ਵ ਚੰਦਰ ਵਿਦਿਆਸਾਗਰ ਨੇ ਆਪਦੇ ਜੋ ਮੂਵਮੈਂਟ ਸੀਹੀ ਉਹਨੂੰ ਲਗ ਕਰ ਲਿਆ ਤੇ ਉਹਨੂੰ ਪ੍ਰਾਤਨਾ ਸਮਾਜ ਦਾ ਨਾਮ ਦੇ ਦਿੱਤਾ ਅਗਲਾ ਕੁਐਸਚਨ ਹੈ ਜੀ ਵਨ ਵੈਨ ਪ੍ਰਾਤਨਾ ਸਮਾਜ ਵਾਸਟਾਰਟਡ ਕੇਸ਼ਵ ਚੰਦਰ ਰਾਹੀਂ ਨੇ ਜੋ ਪ੍ਰਾਤਨਾ ਸਮਾਜ ਸੀ ਉਹ ਕਦੋਂ ਸ਼ੁਰੂ ਕੀਤੀ ਤਾਂ ਉਹ ਜੀ 1867 ਦੇ ਵਿੱਚ ਸ਼ੁਰੂ ਕੀਤੀ ਗਈ who started the young bengal movement garzon henry vivian hyer darozian so the correct answer is b theek hai henry vivian uh, here i'm going to request you one thing ki agar to se si channel dena me ho ta kindly channel nu no subscribe zarur kar dio and um, agar to se si previous student ho praniya videos dekhian ne ta ਅਗਰ ਤੁਹਾਨੂੰ ਕੰਟੈਂਟ ਪਸੰਦ ਆਉਂਦਾ ਵਾ ਤਾਂ ਕਾਈਂਡਲੀ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਬਿਕਾਜ਼ ਹਰ ਬੰਦੇ ਨੂੰ ਮੋਟੀਵੇਸ਼ਨ ਦੀ ਲੋੜ ਹੁੰਦੀ ਆ ਠੀਕ ਹੈ ਤੇ ਅਗਰ ਤੁਸੀਂ ਸਾਨੂੰ ਮੋਟੀਵੇਟ ਕਰੋਗੇ ਤਾਂ ਅਸੀਂ ਅਗਲੀ ਵਾਰੀ ਹੋਰ ਵਧੀਆ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਸੋ ਕਾਈਂਡਲੀ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਸੋ ਅਗਲਾ ਕੁਐਸਚਨ ਹੈ ਜੀ ਵਿਚ ਮੂਵਮੈਂਟ ਸਟਾਰਟਡ ਬਾਈ ਵਿਦਿਆ ਸਾਗਰ ਅਮੇਤਾ ਸਮਾ ਵਿਟੋ ਰੀ ਮੈਰਿਜ ਯਸ ਸਤੀ ਅਬੋਲੀਸ਼ਨ ਸੋ ਵਿਦਿਆ ਸਾਗਰ ਦੁਆਰਾ ਵਿਡੋ ਰੀ ਮੈਰਿਜ ਜੋ ਮੂਵਮੈਂਟ ਸੀਗੀ ਉਹ ਸ਼ੁਰੂ ਕੀਤੀ ਗਈ ਨਾਉ ਇੱਥੇ ਦੇਖੋ ਅਗਰ ਤੁਨ ਪੇਪਰ ਦੇ ਵਿੱਚ ਵਿਡੋ ਰੀ ਮੈਰਿਜ ਆ ਜਾਂਦਾ ਹੈ ਤਾਂ ਆਫਕੋਰਸ ਈਸ਼ਵਰ ਚੰਦਰ ਵਿਦਿਆ ਸਾਗਰ ਠੀਕ ਹੈ ਅਗਰ ਸਤੀ ਪ੍ਰਥਾ बिकॉज ਸਾਰੀਆਂ ਹੀ ਮੂਵਮੈਂਟਸ ਇੰਪੋਰਟੈਂਟ ਸੀਗੀ ਸਤੀ ਦੇ ਉਹ ਅਬੋਲੀਸ਼ਨ ਬਾਰੇ ਗੱਲ ਆ ਜਾਂਦੀ ਕਿ ਸਤੀ ਨੂੰ ਕਿੰਨੇ ਖਤਮ ਕੀਤਾ ਸਤੀ ਪ੍ਰਥਾ ਨੂੰ ਤਾਂ ਰਾਜਾ राम मोहन रॉय ने खत्म किया ठीक है उन्होंने पटिशन लगाई सी एटीन ट्वेंटी नाइन के ठीक है वो पास हो गई सी तो एटीन थर्टी के जो है सत्य प्रथा नबोलिश कर दिता गया सी ठीक है और अगर फीमेल्स की एजुकेशन बारे क्वेश्चन आ जाए ठीक है एजुकेशन तो अगेन ਈਸ਼ਵਰ ਚੰਦਰ ਵਿਦਿਆ ਸਾਗਰੀ ਸੀਗੇ ਠੀਕ ਹੈ ਜਿਨ੍ਹਾਂ ਨੇ ਫੀਮੇਲ ਸੀ ਐਜੂਕੇਸ਼ਨ ਨੂੰ ਪ੍ਰਮੋਟ ਕੀਤਾ ਅਗਲਾ ਕੁਐਸਚਨ ਹੈ ਹੂ ਸਟਾਰਟਡ ਸत्य ਸੋਧਕ ਸਮਾਜ ਐਨੀ ਰੋ ਜੋਤੀਬਾ ਫੁੱਲੇ ਰਾਜਾ ਬਾਲੀ ਸੋ ਦਾ ਕਰੈਕਟ ਆਨਸਰ ਇਜ਼ ਬੀ ਠੀਕ ਹੈ ਜੋਤੀਬਾ ਫੁੱਲੇ ਨੇ ਜੋ ਸत्य ਸੋਧਕ ਸਮਾਜ ਸੀਗਾ ਉਹ ਸ਼ੁਰੂ ਕੀਤਾ who was the leader of servant of society important hai theek hai so the correct answer is gopal krishnan gokhale ji jo theek hai unhone servant of society jo movement se ki ho shuru ki thi who started arya samaj ye apap previous videos de vich bhi cover kita hoya hai ਤੇ ਆर्य समाज ਵਿਜੇ ਪੰਡਿਤ தயਾਨੰਦ ਜਾਂ ਜੋਤੀਬਾ ਫੁੱਲੇ ਸੋ ਦਾ கரੈਕਟ ਆਨਸਰ ਇਜ਼ ਟੂ தயਾਨੰਦ ਸਰਸਵਤੀ ਨੇ ਆर्य समाज ਸੀਗਾ ਜੋ ਸ਼ੁਰੂ ਕੀਤਾ ਸੀਗਾ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸਣਾ ਹੈ ਕਿ ਕਦੋਂ ਸ਼ੁਰੂ ਕੀਤਾ ਗਿਆ ਸੀਗਾ ਠੀਕ ਹੈ ਤੇ ਇੱਕ ਹੋਰ ਚੀਜ਼ ਇੱਥੇ ਮੈਂਸ਼ਨ ਮੈਂ ਕਰਦਾ ਅਗਰ ਇੰਡੀਆ ਬਾਰੇ ਪੁੱਛਿਆ ਜਾਏਗਾ ਤਾਂ ਉਹ ਤਰੀਕਾ ਅਲੱਗ ਹੈ ਪੰਜਾਬ ਦੇ ਵਿੱਚ ਇਹ ਥੋੜਾ ਲੇਟ ਸ਼ੁਰੂ ਹੋਇਆ ਸੀਗਾ ਤੇ ਉਹ ਤ੍ਰਿਕ ਅਲੱਗ ਹੈ ਸੋ ਤੁਸੀਂ बिकॉज ਪੰਜਾਬ ਦੇ एग्जाम ਸੈਨੇ ਨੇ ਤੇ ਤੁਹਾਡੇ ਲਈ ਦੋਨੋਂ ਹੀ ਜੋ ਡੇਟਸ ਨੇ ਉਹ ਇੰਪੋਰਟੈਂਟ ਨੇ ਸੋ ਉਹਨਾਂ ਨੂੰ ਤੁਸੀਂ ਯਾਦ ਜ਼ਰੂਰ ਕਰਨਾ ਹੈ ਆਪਾਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਵਰ ਕੀਤਾ ਹੋਇਆ ਹੈ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦੇਣਾ ਹੂ ਸਟਾਰਟਡ ਦੇਵ ਸਮਾਚ ਠੀਕ ਹੈ ਤਾਂ ਇਹ ਸ਼ੁਰੂ ਕੀਤੀ ਗਈ ਸੀ ਈਸ਼ਵਰ ਚੰਦਰ ਵਿੱਤਿਆਸਾகர் ਸ਼ਿਵਨਰਾਇਣ ਅੰਯਾ தயਾਰਾਮ ਸੋ ਦਾ கரੈਕਟ ਆਨਸਰ ਇਜ਼ ਏ ਸ਼ਿਵ ਮਰਯਾਨ ਅਗਨੀ ਹੋਤਰੀ ਜਿਗੇ ਜੋ ਉਹਨਾਂ ਦੁਆਰਾ ਦੇਵ ਸਮਾਜ ਮੂਵਮੈਂਟ ਸ਼ੁਰੂ ਕੀਤੀ ਗਈ ਠੀਕ ਹੈ ਸੋ ਇਸ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕੀਤੀ ਹੈ ਕਿ ਜਿੰਨੀਆਂ ਵੀ ਐਗਜ਼ਾਮਸ ਲਈ ਇੰਪੋਰਟੈਂਟ ਮੂਵਮੈਂਟਸ ਨੇ ਉਹ ਕਵਰ ਕੀਤੀਆਂ ਨੇ ਤੇ ਜਿਹੜੀਆਂ ਵੀ ਰਹਿ ਗਈਆਂ ਨੇ ਉਹ ਆਉਣ ਵਾਲੀ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਸੋ ਬਨੇ ਰਹੋ ਸਾਡੇ ਨਾਲ ਵਾਤਵਾਂ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ ਸੋ ਮੱਚ